ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਹਮੇਸ਼ਾ ਸਿਹਤਮੰਦ ਰਹੋ, ਤੁਹਾਨੂੰ ਕੋਈ ਮਸਲੇ ਜਿਸਮ ਦਰਦ ਦੇ ਜਾਂ ਫਲਾਂ ਫਲਾਂ ਇਹ ਚੀਜ਼ਾਂ ਨਾ ਹੋਣ, ਤੁਹਾਨੂੰ ਜਿਹੜਾ ਨਾ ਉਹ ਡਾਕਟਰਾਂ ਦੇ ਅੱਡੇ ਨਾ ਚੜ੍ਹਨਾ ਪਵੇ, ਤਾਂ ਬਹੁਤ ਜ਼ਬਰਦਸਤ ਚੀਜ਼ ਇਹ ਤੁਹਾਡੇ ਵਾਸਤੇ ਹੈ, ਬਹੁਤ ਸੋਹਣੀ ਹੈ। ਇਹ ਨਾ ਸਮਝਣਾ ਕਿ ਮੈਂ ਡਾਕਟਰਾਂ ਦੇ ਖਿਲਾਫ਼ ਕੋਈ ਨਫ਼ਰਤ ਫੈਲਾ ਰਹੀ ਹਾਂ, ਖੁਦਾ ਨਾ ਖਾਸਤਾ ਐਸੀ ਕੋਈ ਗੱਲ ਨਹੀਂ, ਲੇਕਿਨ ਇਹ ਹੈ ਕਿ ਜਿਤਨਾ ਮੈਡੀਸਨ ਤੋਂ ਬਚਿਆ ਜਾ ਸਕੇ ਉਨਾ ਹੀ ਜ਼ਿਆਦਾ ਬਿਹਤਰ ਹੈ। ਅਤੇ ਵੀਡੀਓ ਪੂਰੀ ਦੇਖਿਆ ਕਰੋ, ਸਕਿਪ ਨਾ ਕਰਿਆ ਕਰੋ, ਤਾਂ ਕਿ ਤੁਹਾਨੂੰ ਈਜ਼ੀਲੀ ਸਮਝ ਆ ਸਕੇ। ਠੀਕ ਹੋ ਗਿਆ ਜੀ? ਇਹ ਨਾ ਇੱਕ ਪਿਆਲੀ ਹਲਦੀ ਦੀ ਹੈ, ਇਹ ਕੱਚੀ ਹਲਦੀ ਹੈ, ਅਗਰ ਤੁਸੀਂ ਇਹ ਕੱਚੀ ਨਾ ਮਿਲੇ ਤਾਂ ਤੁਸੀਂ ਦੂਸਰੀ ਜਿਹੜੀ ਨਾ ਖੁਸ਼ਕ ਵਾਲੀ ਉਹ ਵੀ ਲੈ ਸਕਦੇ ਹੋ, ਵੀ ਕੰਮ ਅੱਛਾ ਕਰਦੀ ਹੈ। ਅਤੇ ਇਹਨੂੰ ਅਸੀਂ ਅੱਛੇ ਤਰੀਕੇ ਦੇ ਨਾਲ ਧੋ ਕੇ ਰੱਖਿਆ ਹੋਇਆ, ਅਤੇ ਹੁਣ ਅਸੀਂ ਇਹਨੂੰ ਛਿੱਲਾਂਗੇ, ਛਿਲਕੇ ਦੇ ਨਿੱਕੇ ਨਿੱਕੇ ਟੁਕੜੇ ਕਰਕੇ, ਅਤੇ ਇਹਨੂੰ ਅਸੀਂ ਗ੍ਰੈਂਡਰ ਜਾਰ ਦੇ ਵਿੱਚ ਪਾ ਕੇ ਨਾ ਅੱਛੇ ਤਰੀਕੇ ਨਾਲ ਗ੍ਰਾਇੰਡ ਕਰ ਲਾਂਗੇ। ਇੱਕ ਪਿਆਲੀ ਇਹਦੇ ਵਿੱਚ ਦੇਸੀ ਘੀ ਹੈ ਜਿਹੜਾ ਮੈਲਟ ਕੀਤਾ ਹੋਇਆ, ਇੱਕ ਪਿਆਲੀ ਇਹਦੇ ਸੂਜੀ ਹੈ, ਅਗਰ ਤੁਸੀਂ ਇਹ ਚਾਹੋ ਤਾਂ ਐਡ ਕਰ ਲਓ, ਅਗਰ ਇਹ ਨਾ ਚਾਹੋ ਤਾਂ ਤੁਸੀਂ ਜਿਹੜੀ ਨਾ ਚਨਿਆਂ ਦੀ ਦਾਲ ਦਾ ਜਿਹੜਾ ਆਟਾ ਉਹ ਵੀ ਬਣਾ ਸਕਦੇ ਹੋ, ਮੋਟਾ ਮੋਟਾ ਹਲਕਾ ਹਲਕਾ ਦਰਦਰਾ ਜਿਹਾ। ਅਤੇ ਇੱਕ ਪਹਿਲੀ ਇਹਦੇ ਚੀਨੀ ਜਾਏਗੀ, ਚੀਨੀ ਇਸ ਵਾਸਤੇ ਮੈਂ ਐਡ ਕਰ ਰਹੀ ਹਾਂ ਕਿ ਬੱਚੇ ਬਾਜ਼ ਔਕਾਤ ਨਾ ਸ਼ੱਕਰ ਵਾਲੀ ਚੀਜ਼ ਨਹੀਂ ਖਾਂਦੇ, ਇਸ ਵਾਸਤੇ ਵੈਸੇ ਸ਼ੱਕਰ ਔਰ ਗੁੜ ਜਿਹੜੀ ਨਾ ਬਿਹਤਰੀਨ ਆਪਸ਼ਨ ਹੈ। ਅਤੇ ਇੱਕ ਮੱਗਾ ਇਹਦੇ 'ਚ ਤਕਰੀਬਨ ਅੱਧਾ ਕਿਲੋ ਦੁੱਧ ਉਹਦੇ 'ਚ ਐਡ ਹੋਏਗਾ। ਅਤੇ ਹੁਣ ਮੈਂ ਇਹਨੂੰ ਜਿਹੜਾ ਨਾ ਪਹਿਲੇ ਇਹਦਾ ਪੇਸਟ ਬਣਾ ਲਵਾਂ ਹਲਦੀ ਦਾ, ਫਿਰ ਹਾਜ਼ਰ ਹੁੰਦੇ ਹਾਂ, ਨਾਲ ਨਾ ਰਹਿਣਾ, ਬਹੁਤ ਜ਼ਬਰਦਸਤ ਚੀਜ਼ ਬਣੇਗੀ ਇਨਸ਼ਾਅੱਲਾ। ਜਿੰਨੀ ਦੇਰ ਤੱਕ ਕੱਚੀ ਹਲਦੀ ਦਾ ਪੇਸਟ ਜਿਹੜਾ ਨਾ ਰੈਡੀ ਹੁੰਦਾ ਹੈ, ਉਂਦਰ ਤੱਕ ਅਸੀਂ ਸੁਪਨੀ ਸੂਜੀ ਦੀ ਬੁਣਾਈ ਕਰ ਲਾਂਗੇ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਜਿਹੜਾ ਹੈ ਨਾ ਘੀ ਅਸੀਂ ਇਹਦੇ 'ਚ ਐਡ ਕਰਦਾ ਕੜਾਹੀ ਦੇ ਵਿੱਚ, ਹਲਕਾ ਜਿਹਾ ਗਰਮ ਹੋ ਜਾਏਗਾ, ਅਤੇ ਫਿਰ ਅਸੀਂ ਇਹਦੇ 'ਚ ਇਲਾਚੀਆਂ ਐਡ ਕਰਾਂਗੇ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਔਰ ਇਲਾਚੀਆਂ ਹਲਕੀਆਂ ਜਿਹੀਆਂ ਕੜਕੜਾ ਲੈਣ, ਅਤੇ ਨਾਲ ਅਸੀਂ ਇਹਦੇ ਜਿਹੜਾ ਨਾ ਸੂਜੀ ਐਡ ਕਰ ਦਿਆਂਗੇ। ਇਹ ਹੁਣ ਸਾਰੀਆਂ ਇਲਾਚੀਆਂ ਹਲਕੀਆਂ ਜਿਹੀਆਂ ਕੜਕ ਗਈਆਂ, ਅਤੇ ਹੁਣ ਅਸੀਂ ਇਹਦੇ 'ਚ ਸੂਜੀ ਐਡ ਕਰਾਂਗੇ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਬਰਾਬਰ ਵਜ਼ਨ ਹੈ ਸੂਜੀ ਦਾ, ਚੀਨੀ ਦਾ ਔਰ ਜਿਹੜਾ ਨਾ ਘੀ ਦਾ। ਅਤੇ ਦੁੱਧ ਤੁਹਾਡੀ ਆਪਣੀ ਮਰਜ਼ੀ ਹੈ, ਤੁਸੀਂ ਜਿੰਨਾ ਚਾਹੋ ਐਡ ਕਰ ਲਓ, ਕਹਿੰਦੇ ਨਾ ਜਿੰਨਾ ਮਿੱਠਾ ਜਿਹੜਾ ਨਾ ਗੁੜ ਪਾਓਗੇ ਉਨਾ ਹੀ ਮਿੱਠਾ ਹੋਏਗਾ। ਅਤੇ ਦੁੱਧ ਤੁਸੀਂ ਆਪਣੀ ਮਰਜ਼ੀ ਨਾਲ ਜ਼ਿਆਦਾ ਵੀ ਐਡ ਕਰ ਸਕਦੇ ਹੋ, ਲੇਕਿਨ ਮੈਂ ਇਸ ਤੋਂ ਡਬਲ ਟ੍ਰਿਪਲ ਜਿਹੜਾ ਨਾ ਐਡ ਕੀਤਾ, ਮਤਲਬ ਇਹ 3 ਪਿਆਲੀਆਂ ਦੁੱਧ ਦੀਆਂ ਨੇ ਜਿਹੜੀਆਂ ਮੈਂ ਇਹਦੇ 'ਚ ਐਡ ਕਰ ਰਹੀ ਹਾਂ। ਸੂਜੀ ਨੂੰ ਅਸੀਂ ਨਾ 10 ਤੋਂ 12 ਮਿੰਟ ਭੁੰਨਾਂਗੇ ਲੋਅ ਤੋਂ ਮੀਡੀਅਮ ਫਲੇਮ 'ਤੇ, ਵੀ ਅੱਗ ਤੇਜ਼ ਨਹੀਂ ਕਰਨੀ, ਅਗਰ ਜ਼ਰਾ ਜਿੰਨੀ ਵੀ ਅੱਗ ਤੇਜ਼ ਕੀਤੀ ਜਾਏ ਤਾਂ ਇਹ ਸੜ ਜਾਂਦੀ ਹੈ, ਫਿਰ ਇਹਦਾ ਨਾ ਟੇਸਟ ਨਹੀਂ ਬਣ ਪਾਉਂਦਾ। ਅਤੇ ਬਿਲਕੁਲ ਨੋਰਮਲ ਜਿਹੀ ਅੱਗ 'ਤੇ ਜਿਹੜਾ ਨਾ ਇਹਨੂੰ ਹਲਕੇ ਹਲਕੇ ਅੰਦਾਜ਼ ਦੇ ਨਾਲ ਬੁਣਾਈ ਕਰਨਾ ਹੈ। ਇਹ ਹੁਣ ਸਾਡੀ ਸੂਜੀ ਬਹੁਤ ਸੋਹਣੀ ਬਣੇਗੀ, ਦੇਖੋ ਇਹ ਕਲਰ ਜਿਹੜਾ ਨਾ ਹੁਣ ਗੋਲਡਨ ਬਰਾਊਨ ਟਾਈਪ ਹੋ ਗਿਆ। ਅਤੇ ਹੁਣ ਇਸ ਸਟੇਜ 'ਤੇ ਅਸੀਂ ਇਹਦੇ ਜਿਹੜੀ ਹਲਦੀ ਦਾ ਪੇਸਟ ਬਣਾ ਐਡ ਕਰਾਂਗੇ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਔਰ ਚਮਚਾ ਨਾਲ ਨਾਲ ਚਲਾਵਾਂਗੇ ਇਹਨੂੰ, ਥੋੜ੍ਹੀ ਦੇਰ ਅਸੀਂ ਪਕਾਉਣ ਤੋਂ ਬਾਅਦ ਫਿਰ ਅਸੀਂ ਇਹ ਦੁੱਧ ਐਡ ਕਰਾਂਗੇ, ਤਾਂ ਕਿ ਨਾ ਇਹਦਾ ਸੂਜੀ ਦੇ ਨਾਲ ਇੱਕ ਦਫ਼ਾ ਅੱਛੇ ਤਰੀਕੇ ਦੇ ਨਾਲ ਹਲਦੀ ਜਿਹੜੀ ਨਾ ਪੱਕ ਜਾਏ। ਠੀਕ ਹੈ, ਕਲਰ ਕਿਤਨਾ ਪਿਆਰਾ ਹੋ ਗਿਆ, ਔਰ ਇਹਦਾ ਟੇਸਟ ਵੀ ਮਸਾਲਾ ਬਹੁਤ ਜ਼ਿਆਦਾ ਨਾ ਜ਼ਬਰਦਸਤ ਬਣੇਗਾ। ਔਰ ਨਾਲ ਹੀ ਅਸੀਂ ਇਹਦੇ ਚੀਨੀ ਐਡ ਕਰ ਦਿਆਂਗੇ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਡਰਾਈ ਫਰੂਟ ਦੀ ਕੋਈ ਪਾਬੰਦੀ ਨਹੀਂ ਹੈ, ਤੁਸੀਂ ਜੋ ਚਾਹੋ ਐਡ ਕਰੋ, ਨਾ ਚਾਹੋ ਤਾਂ ਨਾ ਐਡ ਕਰੋ, ਆਪਣੀ ਮਰਜ਼ੀ ਹੈ ਉਹ। ਲੇਕਿਨ ਮੇਨ ਚੀਜ਼ ਇਹ ਹੈ ਕਿ ਹਲਦੀ ਦਾ ਹਲਵਾ ਜਿਹੜਾ ਹੈ ਇਹ ਤੁਹਾਡੇ ਅੰਦਰੂਨੀ ਜ਼ਖਮਾਂ ਨੂੰ, ਜੈਸੇ ਕਿ ਆਂਦਰਾਂ 'ਚ ਤਕਲੀਫ ਹੁੰਦੀ ਹੈ, ਅੰਤੜੀਆਂ ਤਕਲੀਫ ਹੁੰਦੀ ਹੈ, ਮੇਦੇ 'ਚ ਮਸਲਾ ਹੁੰਦਾ, ਉਹਨਾਂ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਹੈ। ਹੁਣ ਥੋੜ੍ਹੀ ਦੇਰ ਇਹਨੂੰ ਪਕਾਉਣ ਤੋਂ ਬਾਅਦ ਫਿਰ ਅਸੀਂ ਇਹ ਦੁੱਧ ਐਡ ਕਰਾਂਗੇ। ਇਹ ਹੁਣ ਹਲਦੀ ਐਡ ਕਰਨ ਤੋਂ ਬਾਅਦ ਕਾਫੀ ਉਬਾਲ ਆ ਗਿਆ, ਇਹ ਦੇਖਿਆ ਕਾਫੀ ਹੱਦ ਤੱਕ ਨਾ ਹਲਵਾ ਜਿਹੜਾ ਨਾ ਰੈਡੀ ਹੋਣ ਦੇ ਕੋਲ ਆ ਗਿਆ। ਹੁਣ ਅਸੀਂ ਇਹ ਦੁੱਧ ਐਡ ਕਰਾਂਗੇ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਦੁੱਧ ਆਲਰੇਡੀ ਬੋਇਲ ਕੀਤਾ ਹੋਇਆ, ਅਤੇ ਇਹਦੇ 'ਚ ਮਜ਼ੀਦ ਪੱਕ ਜਾਏਗਾ, ਔਰ ਇਹਦੇ ਟੇਸਟ ਨੂੰ ਔਰ ਇਹਦੀ ਖੁਸ਼ਬੂ ਨੂੰ ਵਧਾਉਣ ਵਾਸਤੇ ਥੋੜ੍ਹਾ ਕਿਹਦੇ 'ਚ ਅਸੀਂ ਖੋਇਆ ਐਡ ਕਰਾਂਗੇ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਖੋਏ ਦੀਆਂ ਡਲੀਆਂ ਪਹਿਲੇ ਆਲਰੇਡੀ ਫ੍ਰੀਜ਼ ਕੀਤੀਆਂ ਹੋਈਆਂ ਨੇ, ਅਤੇ ਇਸ ਵਾਸਤੇ ਇਹਦੇ 'ਚ ਐਡ ਕਰਾਂਗੇ, ਤਾਂ ਕਿ ਇਹਦੇ ਨਾਲ ਇਹਦਾ ਟੇਸਟ ਵੀ ਵੱਧ ਜਾਏਗਾ ਔਰ ਇਹਦੀ ਖੁਸ਼ਬੂ ਵੀ ਮਾਸ਼ਾਅੱਲਾ ਬਹੁਤ ਸੋਹਣੀ ਹੋ ਜਾਏਗੀ। ਇਹ ਹੁਣ ਖੋਇਆ ਔਰ ਦੁੱਧ ਵਗੈਰਾ ਐਡ ਕਰਨ ਤੋਂ ਬਾਅਦ ਬਹੁਤ ਸੋਹਣਾ ਜਿਹੜਾ ਨਾ ਪੱਕ ਗਿਆ, ਦੇਖਿਆ ਬਿਲਕੁਲ ਜਿਹੜਾ ਨਾ ਰੈਡੀ ਹੋ ਗਿਆ, ਫੁੱਲ ਥਿੱਕ ਹੋ ਗਿਆ ਜਿੰਨਾ ਸਾਨੂੰ ਚਾਹੀਦਾ ਸੀ। ਹੁਣ ਅਸੀਂ ਇਹਦੀ ਫਲੇਮ ਬੰਦ ਕਰਕੇ ਅਤੇ 1 ਅੱਧਾ ਮਿੰਟ ਜਿਹੜਾ ਨਾ ਇਹਨੂੰ ਇੰਜ ਹੀ ਓਪਨ ਰੱਖਾਂਗੇ, ਅਤੇ ਫਿਰ ਡਿਸ਼ ਆਊਟ ਕਰਕੇ ਤੁਹਾਨੂੰ ਇਹਦੀ ਫਾਈਨਲ ਲੁੱਕ ਦਿਖਾਉਂਦੇ ਹਾਂ।
ਬਿਸਮਿਲ੍ਲਾਹਿ ਰਹਿਮਾਨ ਰਹੀਮ। ਇਹ ਦੇਖਿਆ ਇਹਦਾ ਘੀ ਹੁਣ ਬਿਲਕੁਲ ਜਿਹੜਾ ਨਾ ਸੈਪਰੇਟ ਹੋ ਗਿਆ, ਅਤੇ ਹੁਣ ਅਸੀਂ ਇਹਨੂੰ ਡਿਸ਼ ਆਊਟ ਕਰਦੇ ਹਾਂ ਅਤੇ ਤੁਹਾਨੂੰ ਇਹਦੀ ਫਾਈਨਲ ਲੁੱਕ ਦਿਖਾਉਂਦੇ ਹਾਂ। ਹਲਕਾ ਜਿਹਾ ਗਾਰਨਿਸ਼ ਕਰਾਂਗੇ, ਬਹੁਤ ਜ਼ਿਆਦਾ ਕਰਨ ਦੀ ਲੋੜ ਕੋਈ ਨਹੀਂ, ਕਿਉਂਕਿ ਅਗਰ ਚਾਹੋ ਤਾਂ ਐਡ ਕਰੋ ਵਰਨਾ ਨਹੀਂ, ਕਿਉਂਕਿ ਖੁਦ ਇੱਕ ਮੈਡੀਸਨ ਹੈ, ਖੁਦ ਬਹੁਤ ਤਾਕਤਵਰ ਹੈ, ਅਤੇ ਇਸ ਵਾਸਤੇ ਨਾ ਕੋਈ ਸਪੈਸ਼ਲੀ ਕਰਨ ਦੀ ਹੁਣ ਲੋੜ ਕੋਈ ਨਹੀਂ ਹੈ। ਅਹਿਮ ਸਾਡਾ ਹਲਵਾ ਡਿਸ਼ ਆਊਟ ਹੋ ਗਿਆ। ਦੇਖਿਆ ਇਹਦੀ ਸ਼ਕਲ ਹੀ ਕਿੰਨੀ ਪਿਆਰੀ ਲੱਗ ਰਹੀ ਹੈ, ਔਰ ਯਕੀਨ ਮੰਨੋ ਕਿ ਟੇਸਟ ਵੀ ਇਹਦਾ ਇਤਨਾ ਕੁ ਜਾਨਦਾਰ ਹੈ ਕਿ ਜ਼ਰਾ ਜਿੰਨਾ ਨਹੀਂ ਫੀਲ ਹੋ ਰਿਹਾ ਕਿ ਅਸੀਂ ਇਹਦੇ 'ਚ ਹਲਦੀ ਐਡ ਕੀਤੀ ਹੋਈ ਹੈ। ਹਾਲਾਂਕਿ ਹਾਫ ਹਲਦੀ ਹੈ ਅਤੇ ਹਾਫ ਜਿਹੜੀ ਨਾ ਸੁੱਜੀ ਹੈ, ਅਤੇ ਇਹ ਬਣਾ ਕੇ ਖਾਓ ਲਾਜ਼ਮੀ। ਸਰਦੀਆਂ ਦਾ ਮੌਸਮ ਹੈ, ਸਪੈਸ਼ਲੀ ਜਿਹੜੇ ਬਜ਼ੁਰਗ ਨੇ ਉਹਨਾਂ ਵਾਸਤੇ ਤਾਂ ਬਹੁਤ ਜ਼ਿਆਦਾ ਫਾਇਦਾਮੰਦ ਹੈ। ਮੈਂ ਤਾਂ ਖੁਦ ਖਾਂਦੀ ਹਾਂ, ਮੈਨੂੰ ਬਹੁਤ ਪਸੰਦ ਹੈ ਔਰ ਬਹੁਤ ਫਾਇਦਾਮੰਦ ਹੈ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਸਾਨੂੰ ਫਾਇਦਾ ਕੀ ਚੀਜ਼ ਦਿੰਦੀ ਹੈ, ਅਤੇ ਫਿਰ ਜਿਹੜਾ ਨਾ ਉਹਦਾ ਨਾਮ ਤੋਂ ਮਤਲਬ ਇਹ ਸ਼ਕਲ ਟੇਸਟ ਤਾਂ ਬਹੁਤ ਸੋਹਣਾ ਹੈ, ਲੇਕਿਨ ਨਾਮ ਕਿ ਹਲਦੀ ਦਾ ਹਲਵਾ ਉਹਨੂੰ ਫਿਰ ਇਗਨੋਰ ਕਰ ਦੇਣਾ ਚਾਹੀਦਾ। ਠੀਕ ਹੋ ਗਿਆ ਜੀ। ਅਗਰ ਮੇਰੀ ਰੈਸਪੀ ਅੱਛੀ ਜੀ, ਖੂਬਸੂਰਤ ਜੀ, ਤੁਹਾਨੂੰ ਅੱਛੀ ਲੱਗੇ ਤਾਂ ਕਮੈਂਟ ਔਰ ਸ਼ੇਅਰ ਲਾਜ਼ਮੀ ਕਰਨਾ। ਬਾਕੀ ਮੇਰੀ ਤਰਫੋਂ ਤੁਹਾਡੇ ਸਭ ਵਾਸਤੇ ਦੁਆਵਾਂ, ਹਮੇਸ਼ਾ ਹੱਸਦੇ ਵਸਦੇ ਰਹੋ, ਆਬਾਦ ਰਹੋ। ਅਸਲਾਮੁ ਅਲੈਕੁਮ।